ਬਾਬਾ ਗੁਰਦੇਵ ਸਿੰਘ ਸਨ ਆਫ ਕੀ ਹੈ, ਤੁਸੀਂ ਕੀ ਲਿਖਦੇ ਹੋ? ਅਸੀਂ ਲਿਖਦੇ ਹਾਂ ਸਨ ਆਫ ਬਾਬਾ ਜੀਵਨ ਸਿੰਘ, ਸਨ ਆਫ ਬਾਬਾ ਗੁਰਮੁਖ ਸਿੰਘ, ਸਨ ਆਫ ਬਾਬਾ ਬੀਰਮ ਦਾਸ ਜੀ ਬਦੋਛੀ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਰੱਖਿਆ ਸੀ। ਜਦੋਂ ਮੈਨੂੰ ਟੋਕਰੀ 'ਚ ਪਾਇਆ ਗਿਆ ਸੀ, ਸੰਗਤਾਂ ਮਾਇਆ ਪਾਉਂਦੀਆਂ ਸਨ, ਅਤੇ ਬਾਬੇ ਹਰੀ ਸਿੰਘ ਨੇ ਮੇਰਾ ਨਾਂ ਰੱਖਿਆ ਸੀ ਗੁਰਾਂ ਦਿੱਤਾ ਗੁਰਦੇਵ ਸਿੰਘ। ਪੰਜਾਬੀ ਟੱਚ ਟੀ ਵੀ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਅਵਤਾਰ ਆਨੰਦਪੁਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਪਹੁੰਚੇ ਹਾਂ ਬਨੂੜ ਸਾਹਿਬ, ਬਨੂੜ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਇਸ ਵਕਤ ਬਾਬਾ ਗੁਰਦੇਵ ਸਿੰਘ ਜੀ ਸਾਡੇ ਨਾਲ ਨੇ। ਬਾਬਾ ਗੁਰਦੇਵ ਸਿੰਘ ਜੀ ਕਾਰ ਸੇਵਾ ਵਾਲੇ, ਸੋ ਕੋਰੋਨਾ ਸੰਕਟ ਦੇ ਚੱਲਦਿਆਂ ਇੱਥੇ ਕਿਹੋ ਜਿਹੀਆਂ ਸੇਵਾਵਾਂ ਰਹੀਆਂ, ਸੋ ਲੈਂਦੇ ਹਾਂ ਜਾਣਕਾਰੀ। ਬਾਬਾ ਗੁਰਦੇਵ ਸਿੰਘ ਜੀ ਤੁਹਾਡਾ ਸਵਾਗਤ ਹੈ। ਹਾਂਜੀ, ਸਮੂਹ ਟੀਵੀ ਦਰਸ਼ਕ ਜਨਾਂ ਨੂੰ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਤੁਸੀਂ ਇਹ ਚੈਨਲ ਦੇਖ ਰਹੇ ਹੋ। ਇਹ ਵੀ ਇੱਕ ਮਾਧਿਅਮ ਜ਼ਰੀਆ ਹੁੰਦਾ ਹੈ, ਸੇਵਾ ਦਾ ਰੂਪ ਹੈ। ਕੋਈ ਕਿਸੇ ਰੂਪ ਨਾਲ ਸੇਵਾ, ਕੋਈ ਕਿਸੇ ਰੂਪ ਨਾਲ ਸੇਵਾ, ਇਹ ਵੀ ਇੱਕ ਸੇਵਾ ਦਾ ਮੈਸੇਜ ਹੈ ਜਿਹੜਾ ਅੱਗੇ ਤੱਕ ਸੰਦੇਸ਼ ਪਹੁੰਚਾਉਣ ਦਾ। ਜੋ ਅੱਜ ਇੱਥੇ ਇੰਟਰਵਿਊ ਦੇ ਥਰੂ ਮੇਰੇ ਕੋਲ ਆਏ ਨੇ ਸਰਦਾਰ ਅਵਤਾਰ ਸਿੰਘ ਜੀ ਆਨੰਦਪੁਰੀ, ਜਿਨ੍ਹਾਂ ਨੂੰ ਮੈਂ 25 ਸਾਲ ਤੋਂ ਜਾਣਦਾ, ਕਿਉਂਕਿ ਗੁਰਦੁਆਰਾ ਸੋਮਾਸਰ ਸਾਹਿਬ ਸਾਹਨੇਵਾਲ ਟਿੱਬਾ ਦਾਸ ਨੇ ਉਸ ਸਥਾਨ 'ਤੇ ਸੇਵਾ ਕੀਤੀ ਅਤੇ ਉਹਦੇ ਥਰੂ ਮੈਂ ਇਹਨਾਂ ਨੂੰ ਜਾਣਦਾ। ਅੱਜ ਇਹਨਾਂ ਦਾ ਇੱਧਰ ਚੰਡੀਗੜ੍ਹ ਨੂੰ ਕੋਈ ਪ੍ਰੋਗਰਾਮ ਬਣਿਆ, ਮੈਨੂੰ ਕਹਿੰਦੇ ਤੁਹਾਡੇ ਕੋਲ ਲੰਗਰ ਪਾਣੀ ਛੱਕ ਕੇ ਜਾਣਾ ਅਤੇ ਜੀ ਆਇਆਂ ਨੂੰ। ਸੋ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ, ਗੁਰਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਪਿਛਲੇ ਸਮੇਂ ਦੇ ਦੌਰਾਨ ਕਾਫੀ ਸਮਾਂ ਹੋ ਗਿਆ, ਲਾਕਡਾਊਨ ਆ, ਕਰੋਨਾ ਸੰਕਟ ਆ, ਅਤੇ ਕਿਹੋ ਜਿਹੀਆਂ ਸੇਵਾਵਾਂ ਨੇ ਇੱਥੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੰਗਤ ਨੂੰ? ਕਿੱਦਾਂ ਦੀਆਂ ਸੇਵਾਵਾਂ, ਜਿਹੜੀ ਕਿ ਅੱਜ ਹਰ ਬੰਦੇ ਨੂੰ ਲੋੜ ਆ, ਕਿਸੇ ਨੂੰ ਰਸਦ ਦੀ, ਲੰਗਰ ਪਾਣੀ ਦੀ, ਇੱਥੋਂ ਦੀਆਂ ਕਿੱਥੋਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ? ਸੇਵਾਵਾਂ ਦੇਖੋ, ਪਹਿਲੀ ਗੱਲ ਤਾਂ ਇਹ ਜਿਹੜੀ ਸੰਪਰਤਾ ਜਥੇਬੰਦੀ ਹੈ, ਇਹ ਹੈ ਹੀ ਗੁਰੂ ਨਾਨਕ ਦੇ ਲੰਗਰ ਦੀ ਚਲਾਈ ਹੋਈ ਪ੍ਰੰਥਾ। ਗੁਰੂ ਨਾਨਕ ਸਾਹਿਬ ਕੰਨਿਓ, ਸਿਰ ਹੱਥ ਸਮਰੱਥ ਗੁਰੂ ਧਰਿਓ, ਸਿਰ 'ਤੇ ਹੱਥ ਰੱਖ ਕੇ ਸਮਰੱਥ ਗੁਰੂ ਆਪ ਸੇਵਾ ਲੈਂਦੇ ਨੇ, ਅਤੇ ਇਹ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਲੰਗਰ, ਜੋ ਆਉਂਦੀ ਜਾਂਦੀ ਸੰਗਤ ਉਹ ਵੀ ਲੰਗਰ ਛਕਦੀ। ਅਤੇ ਇੱਥੇ ਬਨੂੜ ਦੇ ਵਿੱਚ ਇਹ ਅਸਥਾਨ ਮਹਾਂਪੁਰਖ ਬਾਬਾ ਸ਼ੀਸ਼ਾ ਸਿੰਘ ਜੀ ਕੰਨਿਓ, ਇਸ ਅਸਥਾਨ 'ਤੇ ਬੂਟਾ ਲਾਇਆ ਗਿਆ ਸੀ। ਉਹਦੀ ਚਲਾਈ ਹੋਈ 40 ਨੂੰ ਅੱਗੇ ਚਲਾ ਰਹੇ ਨੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਜੀ, ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ, ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਜੀ, ਉਹਨਾਂ ਦੀ ਰਹਿਨੁਮਾਈ ਹੇਠ ਜਹੇਦਾਰ ਇਸ ਅਸਥਾਨ ਦੀ ਸੇਵਾ ਨਿਭਾ ਰਿਹਾ ਦਾਸ। ਅਤੇ ਇੱਥੇ ਵੀ ਜਿਵੇਂ ਕਰੋਨਾ ਦਾ ਉਦੋਂ ਸੰਕਟ ਚੱਲ ਰਿਹਾ ਸੀ ਮਹਾਂਮਾਰੀ ਦਾ, ਉਹਦੇ ਸੰਬੰਧਿਤ ਇੱਥੇ ਜਿੰਨੀ ਸਤਿਗੁਰ ਨੇ ਸੇਵਾ ਲਈ, ਇਹ ਵੀ ਅਸੀਂ ਰੱਜ ਪੁੱਜ ਕੇ ਸੰਗਤ ਦੀ ਸੇਵਾ ਕਰਦੇ ਰਹੇ ਹਾਂ। ਬਾਬਾ ਜੀ, ਕਾਰ ਸੇਵਾ ਦੇ ਵਿੱਚ ਤੁਸੀਂ ਕਿਹੜੇ ਸਮੇਂ ਦੇ ਵਿੱਚ ਆਏ? ਇੱਕ ਕਾਰ ਸੇਵਾ ਇੱਕ ਮਹਾਂਪੁਰਸ਼ਾਂ ਦੀ ਜਿਹੜੀ ਇੱਕ ਜੀਵਨ ਆ, ਜਿਹੜੀ ਜੀਵਨ ਸ਼ੈਲੀ ਆ, ਉਹ ਅਲੱਗ ਤਰੀਕੇ ਦੀ ਆ। ਤੁਸੀਂ ਕਿਹੜੇ ਸਮੇਂ ਦੇ ਵਿੱਚ ਆਏ, ਕਿੰਨੇ ਸਾਲਾਂ ਦੇ ਸੀਗੇ, ਕਿਵੇਂ ਆਏ, ਕਿਉਂ ਆਏ, ਇਹਦੇ ਬਾਰੇ ਜਾਣਕਾਰੀ ਦਿਓ। ਮੈਂ ਸੰਨ 1974 'ਚ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਕਾਰ ਸੇਵਾ ਦੁੱਖ ਨਿਵਾਰਨ ਪਟਿਆਲੇ ਕਾਰ ਸੇਵਾ ਆਰੰਭ ਹੋਈ ਸੀ। ਹਾਂਜੀ, ਸੰਨ 74 'ਚ ਮੇਰੇ ਮਾਤਾ ਪਿਤਾ ਜੀ ਉਹਨਾਂ ਦੀ ਗੋਦੀ ਪਾ ਗਏ ਸੀ ਬਾਬਾ ਹਰੀ ਸਿੰਘ ਜੀ ਦੇ। ਕਿੰਨੇ ਸਾਲ ਦੇ ਸੀ ਤੁਸੀਂ? ਮੈਂ ਉਸ ਵਕਤ 4 ਸਾਲ ਦਾ ਸੀ, 70 ਦਾ ਮੇਰਾ ਜਨਮ ਹੈ, 74 'ਚ ਮੈਂ ਆਇਆ ਸੀ, 4.5 ਸਾਲ ਦਾ ਸੀ। ਇਹ ਸਰੀਰ, ਇਹ ਬਦਨ ਨੂੰ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲਿਆਂ ਨੇ 1.5 ਸਾਲ ਦੇ ਨੂੰ ਲੋਰੀ ਦਿੱਤੀ ਸੀ। ਉਦੋਂ ਮਗਰੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸਾਡੇ ਨਾਨਕੇ ਨਗਰ ਚੱਕ ਮਹਿਰਾਜ ਅਤੇ ਗੰਗਾਨਗਰ ਜਾਇਆ ਕਰਦੇ ਸਨ ਹਰ ਸਾਲ ਕਥਾ ਕਰਨ, ਅਤੇ ਉਸ ਵਕਤ ਤੋਂ ਜਾਇਆ ਕਰਦੇ ਸਨ। ਅਤੇ ਉਸ ਵਕਤ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ 73 'ਚ ਗਏ ਸੀ, ਉਹਨਾਂ ਨੇ ਮੇਰੀ ਮੰਗ ਕੀਤੀ ਸੀ। ਅਸੀਂ 4 ਭਰਾ ਸੀਗੇ ਅਤੇ ਮੇਰੇ ਨਾਨਾ ਨਾਨੀ ਜੀ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ ਦੇ ਸੰਗੀ ਸਨ। ਉਹ ਹਜ਼ੂਰ ਸਾਹਿਬ ਸੇਵਾ ਕਰਨ ਜਾਂਦੇ ਹੁੰਦੇ ਸਨ, ਬਾਬਾ ਜੀਵਨ ਸਿੰਘ ਜੀ ਦੀ ਰਹਿਨੁਮਾਈ ਹੇਠ ਪੁੱਲ 'ਤੇ ਜਦੋਂ ਸੇਵਾ ਚੱਲਦੀ ਹੁੰਦੀ ਸੀ ਸੰਨ 68-69 'ਚ। ਤੁਹਾਡਾ ਬੇਸਿਕਲੀ ਪਿੰਡ ਕਿਹੜਾ, ਪਿਛੋਕੜ ਪਿੰਡ ਕੀ ਹੈ ਤੁਹਾਡਾ? ਪਿੰਡ ਮੇਰਾ ਜਿਹੜਾ ਗੰਗਾਨਗਰ, ਵੈਸੇ ਤਾਂ ਜਿਹੜੀ ਸਾਡੀ ਕਾਰ ਸੇਵਾ ਹੈ, ਇਹ ਸਾਡਾ ਪਿੰਡ ਪ੍ਰਾਣ ਸਾਰੀ ਸੰਗਤ ਹੁੰਦੀ ਹੈ। ਅਸੀਂ ਸੰਗਤ ਦੇ ਬਣ ਜਾਂਦੇ ਹਾਂ, ਸੰਗਤ ਸਾਡੀ ਹੁੰਦੀ ਹੈ, ਪਰ ਪਿੰਡ ਦੀ ਇੱਕ ਕੇਵਲ ਜਨਮ ਦੀ ਮੋਹਰ ਲੱਗਦੀ ਹੈ, ਉਦੋਂ ਬਾਅਦ ਸਾਡਾ ਸੰਬੰਧ ਕੋਈ ਨਹੀਂ ਹੁੰਦਾ ਜੀ, ਸੰਬੰਧ ਸੰਗਤ ਨਾਲ ਹੀ ਰੱਖੀਦਾ ਸਾਰਾ। ਬਾਬਾ ਜੀ, ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਮਿਲਣ ਦਾ ਮੌਕਾ ਮਿਲਦਾ, ਅਤੇ ਉਹਨਾਂ ਦੀ ਜਦੋਂ ਅਸੀਂ ਦੇਖਦੇ ਹਾਂ ਸਨ ਆਫ ਦੇਖਦੇ ਹਾਂ, ਜਿੱਦਾਂ
मैं अवतार सिंह सन ऑफ मलकीत सिंह ते जदों तुहाडे उस चीज़ के उत्ते झात मारदे आ बाबा गुरदेव सिंह सन ऑफ की है तुसीं की लिखदे हो? असीं लिखदे आ सन ऑफ बाबा जीवन सिंह, सन ऑफ बाबा गुरमुख सिंह, सन ऑफ बाबा बीरम दास जी बदोछी वाले महापुरख जिन्हां ने एक कार सेवा दी प्रणाली नूं चालू किया। बाबा बीरम दास बदोछी वालिआं ने बाबा गुरमुख सिंह जी नूं आशीर्वाद दे के इस सेवा के मार्ग के पांधी बनाया। तो उदू मगरों जिहड़ा बंदा नेमी हो जांदा है घर बार त्याग के घर दीआं जायदादां जमीना त्याग के वह जदों सेवा के मार्ग का पांधी बन जाता है तो वह फिर सन ऑफ बाबा जीवन सिंह सन ऑफ बाबा गुरमुख सिंह लिखदा है। मैनूं तुहाडी एक गल अज भी याद है कि तुसीं एक बारी कहा सी कि पिंड वाले जिहड़े पिंड दे विच असीं सेवा करदे आ पिंड वाले सानूं आपदा नहीं समझदे ते घर वालिआं ने असीं पहलां कढ दित्ते हुंदे आ ते जदों कितें आधार कार्ड की लोड़ पैंदी आ जां कितें कोई लाइसेंस की जां किसे किसे किस्म की भी तुहानूं सरकारे द्वारे जाणा पैंदा तो उत्थे की आइडेंटिफिकेशन की दिंदे हो तुसीं उत्थे? सब तो पहली गल तां इह वे कि जिहड़ा साडा कोई हैगा है वो किसी का कोई हो ही नहीं सकता जी। जदों असीं हो गए गुरु दे ते गुरु हो गया साडा, दुनियादारी की सच्चाई है कि जदों पिंड बरादरी भाईचारा मैं देखदा 44 साल मैं 46 साल हो गए सेवा च, पिंड बरादरी भाईचारे आन के जो एक दूजे नाल हाथ मिला लेंदे ना वो कहिंदे अज मैं तेरे लिए जमीर मार ली तो कल नूं कितें मैनूं लोड़ पई तू मेरे लिए मार ली, वो एक दूजे की जमीर मारन लगे वो पिंड बरादरी भाईचारा एक हो जाता है, एक हो जाता है। तो फिर साडी गुरु बांह फड़ के जिथे मर्जी मतलब वो लोग धक्कदे ना असीं फिर भी गुरु बांह कढ के साडी फड़ लिआउंदा है। सेवा किहड़े किहड़े स्थान ते कीती ते उहदे बारे की कहना चाहोगे? सेवा सब तो पहली गल तो सन 74 च मैं दुख निवारण गुरद्वारा साहब पटियाले महापुरख बाबा हरी सिंह जी ने मेरा नाम भी बाबा हरी सिंह जी ने रखिया सी जदों मैनू टोकरी च पाया गया सी संगतां माया पाउंदियां सन कोई कुछ पाउंदा सी उस वक्त 5000 बंदा सेवा ते सी ते 40-45 मैंबर बस लैके आए सी साडे नानकियां कोल उदों बसां हुंदियां सन गंगानगर शहर च 3 बसां वो जदों मैनू छड्डन आए सी नाले 10 दिन की सेवा करके गए सी ते नाले मैनू जदों टोकरी च पाया ते बाबे हरी सिंह ने मेरा नाम रखिया सी गुरां दित्ता गुरदेव सिंह ते बाबा हरी सिंह जी ने मेरा नाम रखिया सी। ते फिर उस तो बाद मैं चला गया कुरक्षेत्र महापुरख बाबा चरण सिंह जी कोल। बाबा बलविंदर सिंह महापुरख उदों दुध प्रसादियां दा पिंडां चों सैकल ते चीके गजा लिआउंदे हुंदे सन रत्ते खेड़े पिंड तों, मैनूं अज भी याद है। तो मैं उदों 5-6 साल दा सीगा जदों बाबा बलविंदर सिंह जी गजा लिआउंदे सन ते मैं इन्हां दा दुध प्रसादियां दा गजा आप कढ़दा हुंदा सां ते सेवा दे रूप च साडे भी दर्जा बेदर्जा वधदा 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 फिर जहेदारियां ते भी चले जाईदा गां सतगुर सेवा लैंदे ने। जिवें मैनूं याद एक दिन की गल, मैं गजा एक वारी पिछे जे सोमा सर टिब्बे साने वाल मैं सैकल ते गजा लैण गया ते मैनूं पिंड दे कई बंदिआं ने सवाल कीता वी बाबा जी तुसीं गजा सैकल ते लिआउंदे हो की गल? मैं कहा सज्जनों है ही असीं मंगते हाँ, पहलां दुध प्रसादे जदों मंगदे हां उदों सैकल की लोड़ हुंदी, जदों दाणे मंगदे हां सानूं जीपां की लोड़ हुंदी, जदों असीं डालर ते पाउंड मंगदे हां उस वक्त सानूं जहाजां की लोड़ हुंदी। साडा कर्म है मंग के लिआउणा, मंग के लिआउणा गुरधामां ते लिआउणा, सेवा सिमरन करनी है साडा मकसद है। जिला लुधियाणा दा इतिहासक नगर है टिब्बा जी, उत्थे तुसीं लम्मा समां सेवा कीती, किन्ना चिर सेवा कीती, उत्थों क्यों ते किवें आए बनूर दी धरती दे उत्ते? पहली गल तां बाणी दा फैसला कि नक नथ खसम हथ किरत तके देह जां दाणा तहां खाणा नानक सच इह, बाणी अनुसार तां इह वे। पर वैसे सतगुर ने उत्थे सेवा मेरे तो 23.5 साल लई, साडा उत्थे जिहड़ा जाण दा मकसद वी इह बणिआ सी कि उत्थों इलाके दीआं 20 पिंडां दीआं पंचायतां कुरक्षेत्र महापुरख बाबा चरण सिंह जी कार सेवा कुरक्षेत्र वालिआं नूं लिखती रूप च उस वक्त सरपंच सोहण सिंह जी टिब्बे पिंड दे हुंदे सन ते उहनां दे वड्डे भाई साहब सरदार शिव शक्कर सिंह जी हुंदे सन, उह कुरक्षेत्र गए 45 मैंबर गए इस गड्डी ट्रक मैनूं अजे भी याद है सरदार सोहण सिंह सरपंच खुद आप चला के लगाए सी, उह अद्धी संगत कुरक्षेत्र डेरे च रही ते अद्धी संगत सरदार शिव शक्कर सिंह दे घरे आई, उह उत्थे रह गए जिहड़े उहनां दे खास सज्जन सी। ते फिर महापुरख बाबा चरण सिंह जी दे पैरी हथ ला करके बड़े आदर सत्कार नाल 20 पिंडां दीआं पंचायतां लिखतां रूप च करके सानूं उस स्थान की सेवा संभाली गई सी।
उत्थे बड़ा बड़ा स्थान बन गया, फिर तुसी छड़ आए। प्रॉपर्टी भी काफ़ी थोड़े समय के बनी, इन्नी छड़ के आने का की कारण सी? वो कारण ये कि दुनियावी तौर पर बंदा ट्रांसपोर्टर गड्डियां वधा के माण महसूस करता है, जट जिमीदार जमीना वधा के माण महसूस करता है, किराएदारी तो बंदा शोरूम दुकान तो वड्डा शोरूम बना के माण महसूस करता है, तो जिहड़ी कार सेवा की संपर्कता है ये मोटे ते परना रख के जो महापुरख बाबा गुरमुख सिंह जी चलाई हुई चाली है मोढ़े ते परना रख के ये त्याग सारी चीज़ नूं ठुड्डा मार के ये ते भी माण महसूस करता भी असीं हुंदिआं सुंदिआं भी छड के सारा कुछ आ जाने। पर मैं एक बेनती करांगा कार सेवा की संपर्कता च वह बंदे भी आए जिन्होंने अपनिया घर दीआं प्रॉपर्टियां जायदादां वेच के भी गुरद्वारा साहिबां ते लाईआं, बड़े सेवादार आए। जिहड़ा बाबा जगतार सिंह दा जहेदार है, बाबा कृपाल सिंह जी भवानीगढ़ वाले, वो प्रॉपर आप 100 किलों के मालिक ने, पर उस सेवा नूं समर्पित मेरे तो 15 साल पहलां दे आए ने। उन्हां दी भैन सिस्टर जिहड़ी साडी इंडिया च वर्ल्ड लेवल ते एमबे वाले ने, उन्हां नूं व्याही होई है। ते बाबे कृपाल सिंह दा एक भरा अमेरिका च वकील है, बहुत तगड़ा, ते आप उन्हां दी इत्थे प्रॉपर्टी तरन तारण के लागे उन्हां दा पिंड, मैनूं पिंड दा नाम विसरिया है, मतलब उत्थे 150-250 किले दे मालिक ने, ते बड़े वड्डे बिजनेसमैन। पर जदों दी उन्होंने कुड़ती पा ली पिछला खेड़ा छड्डिया ते फिर अगला ये गल ये हुंदी है भी जे धी ने सहुरियां दे घरे चंगा माण हासिल करना होवे ते पेकियां तो लई जो मर्जी आवे तां ठीक है, घर सोहणा वसदा है, ते जे सहुरियां दे घरां तो पेकियां नूं जाण लग पवे फिर घर नहीं वसदा, फिर घर नहीं वसदा। ये साडी कार सेवा की संपर्कता गुरद्वारे दिते भी तां ही जांदे ने कि ये कौम नूं समर्पित बंदे हुंदे ने। पिछे जे मैनूं चंडीगढ़ 5 किले जमीन मिल रही सी, महापुरख बाबा नरेंद्र सिंह जी ने वचन किया भी गुरदेव सिंह इत्थे दे के तां कितें होर ला दिओ गुरु घर ते तां सफली है, नहीं तां लोग 5 करोड़ की जमीन दे के 50 करोड़ साडे तो उत्ते लवा लैंदे ने, बाद च फिर फैसला भी कर लैंदे ने भी जाना हुण तुसीं किद्दां ने। ठीक है, ये प्रबंधकी कमेटियां दे तालमेल दे विच भी कितें ना कितें फर्क लगता हुंदा भी जिहड़े कार सेवा वाले महापुरश ने वह बड़ियां वड्डे हाल बना दिंदे आ, बहुत सारी जो लोड़ की चीज़ आ गुरु घर दे लई, ते पर जदों कितें एंड ऑफ उहदा टाइम आउंदा उदों कितें महापुरशां दे नाल कितें वाद विवाद भी छेड़ने शुरू हो जांदे आ, की इह गल नक नक सहमत हो? इहदे नाल मैं सहमत इस तरह वां बई आ जिहड़ी कुड़ती है नवी होवे, मन लो डेरे च नवी कुड़ती होवे, वो घूमती घुमाउंदी रुलदी फिरदी किसी खुड्डे च जा लगे ते इहदा वारस कोई भी नहीं हुंदा। जदों इह कुड़ती नूं चुको धो सवार के महापुरख बाबा नरेंद्र सिंह बलविंदर सिंह वर्गे महापुरख उहनूं चुक के धो सवार के नील नूं ला के जदों सुकणे पा दिंदे ने, इस कुड़ती दे गाहक बड़े बन जांदे ने भी इह तां मेरी सी। चार किट्टां लग जाण, थोड़ी जी दिख जी बन जाए, फिर प्रधान बहुत जम पैंदे, बहुत बनदे ने, ते चौधर खत्म। ये मन निमरता हुंदा, जिवें भाई जोगा सिंह नूं किसी ने सवाल किया, जोगा सिंह तू की करदा, वो मांजदा तां पतीले सी, कहिंदा मैं मन मांजदा, सिख कहिंदे गुरु साहिब कहिंदे भी ये तां पतीले मांजदा, कहिंदा महाराज जी पतीले मांजिया ही मन मांजिया जांदा, संसारी लोग पतीले नहीं मांजदे, ये सानू भावें मांजदे ने पर पतीले नहीं मांजदे। कार सेवा वाले वालों संपर्दा वालों एजुकेशन के मामले च हस्पतालों के मामले च कोई यहोजा भी धारा तैयार किया जां कोई यहोजियां भी सेवावां चलदियां ने कार सेवा दियां कित्थे कित्थे चलदियां ने की होण वाला अगले समय के? महापुरख बाबा जगतार सिंह जी तरन तारण वाली जिहड़ी कार सेवा दी बाबे गुरमुख सिंह दी दस्तारबंदी दी लैण है, गुरमुख सिंह जीवन सिंह बाबा हरी सिंह ते हुण बाबा जगतार सिंह ने तरन तारण वाले, उन्होंने एक होस्पिटल बनाया तरन तारण बहुत वड्डा, बहुत वड्डा तुहाडे अपोलो जिड्डा लुधियाणे वाले जिड्डा। उन्होंने एक फैसला किया भी जिहड़ा कार सेवा की कुड़ती वाला नेमी बंदा होवे जिन्हें सारा जीवन गुरु घर नूं समर्पित किया होवे वह तरन तारण के होस्पिटल आ जाए, जिड्डा मर्जी वह इलाज होवे वह फ्री होएगा। तो महापुरख बाबा चरण सिंह जी कुरक्षेत्र वालियां ने हरियाणे च उन्होंने 2 कॉलेज बनाए, माता सुंदरी कॉलेज नीह सिंह
जिहड़ा बना के श्रोमणी कमेटी नूं दित्ता, जमीन भी बह लई सी जी, ते उहदे नाल लगदा इक स्कूल है 7 किल्यां च, 7 किल्यां च कॉलेज श्रोमणी कमेटी नूं दित्ता है, ते 7 किल्यां दा जिहड़ा स्कूल है ਉਹ ਹੁਣ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਉੱਥੇ ਜਹੇਦਾਰ ਬਾਬਾ ਗੁਰਮੀਤ ਸਿੰਘ ਜੀ ਨਹੀਂ ਸੰਘ ਉਹ ਚਲਾ ਰਹੇ ਨੇ। ਬਾਬਾ ਚਰਨ ਸਿੰਘ ਜੀ ਸੰਸਾਰ ਤੋਂ ਚਲੇ ਗਏ, ਨੱਖਾਂ ਮੀਟ ਗਏ ਨੇ, ਅਤੇ ਤਰਾਵੜੀ ਗੁਰੂ ਤੇਗ ਬਹਾਦਰ ਦੇ ਨਾਂ 'ਤੇ ਉਹਨਾਂ ਨੇ ਜ਼ਮੀਨ ਬੈ ਲੈ ਕੇ 7 ਕਿੱਲੇ ਕਾਲਜ ਬਣਾਇਆ, ਜਿੱਥੇ ਅੱਜ 1200-1300 ਬੱਚਾ ਪੜ੍ਹ ਰਿਹਾ, ਉਹ ਬਾਬਾ ਅਮਰੀਕ ਸਿੰਘ ਜੀ ਦੇ ਅੰਡਰ ਆ ਗਿਆ। ਇਸੇ ਤਰ੍ਹਾਂ ਹੁਣ ਜਿਵੇਂ ਬਾਬਾ ਚਰਨ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ 4 ਪੁਲ ਬਣਾਏ ਬਹੁਤ ਵੱਡੇ, 2 ਕਾਲਜ ਬਣਾਏ, 36 ਗੁਰਦੁਆਰੇ ਬਣਾਏ, 66 ਕਿੱਲੇ ਜ਼ਮੀਨ ਖਰੀਦੀ ਜਿਹੜੀ ਗੁਰਦੁਆਰਿਆਂ ਦੇ ਨਾਂ ਲੱਗਦੀ ਹੈ, ਜਿੱਥੇ ਗਿਆਨੀ ਪਿੰਦਰਪਾਲ ਸਿੰਘ ਜੀ ਵਿਆਹੇ ਨੇ ਜੜਾਣੇ ਹਰਿਆਣੇ ਕੁਰਸ਼ੇਤਰ ਦੇ ਨਾਲ, ਉਹਦੇ ਨਾਲ ਦਾ ਪਿੰਡ ਛੋਟਾ ਜੜਾਣੇ ਦਾ ਵੱਡਾ ਜੜਾਣੇ ਦੇ ਨਾਂ 'ਤੇ 2 ਪਿੰਡ ਜਾਣੇ ਜਾਂਦੇ ਨੇ। ਉਸ ਪਿੰਡ ਦੇ ਵਿੱਚ ਸਿੱਖਾਂ ਦਾ 1 ਵੀ ਘਰ ਹੈ ਨਹੀਂ, ਅਤੇ ਬਾਬੇ ਚਰਨ ਸਿੰਘ ਨੇ ਬਹੁਤ ਵੱਡਾ ਉੱਥੇ ਗੁਰਦੁਆਰਾ ਬਣਾ ਕੇ ਅਤੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਉਹਦੇ ਨਾਲ ਲੱਗਦੀ ਜ਼ਮੀਨ ਵੀ ਲੈ ਕੇ, ਅਤੇ ਸਿੱਖਾਂ ਦਾ ਘਰ ਉੱਥੇ 1 ਵੀ ਨਹੀਂ ਹੈ। ਦੋਸਤੋ, ਜਿਸ ਜਗ੍ਹਾ ਦੇ ਉੱਤੇ ਇਸ ਵਕਤ ਆਪਾਂ ਖੜ੍ਹੇ ਹਾਂ, ਇਹ ਹੈ ਜ਼ਿਲ੍ਹਾ ਮੋਹਾਲੀ ਦਾ ਪਿੰਡ ਸੂਰਤ ਮਨੌਲੀ, ਜਿੱਥੋਂ ਕਿ ਆਹ ਘੱਗਰ ਦਰਿਆ ਵਹਿੰਦਾ, ਜਿਹੜਾ ਇਹ ਪੁਲ ਬਣਿਆ ਇਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਬਣਾਇਆ, ਅਤੇ ਜਿਸ ਕਾਰਜ ਨੂੰ ਸਰਕਾਰਾਂ ਨਹੀਂ ਕਰ ਸਕਦੀਆਂ, ਜਿਹੜੇ ਕੰਮ ਸਰਕਾਰਾਂ ਨਹੀਂ ਨੇਪਰੇ ਲਾ ਸਕਦੀਆਂ, ਉਹ ਲਾਉਂਦੀਆਂ ਨੇ ਕਾਰ ਸੇਵਾ ਵਾਲੀਆਂ ਸੰਸਥਾਵਾਂ ਔਰ ਹੋਰ ਸਮਾਜ ਸੇਵੀ ਜਥੇਬੰਦੀਆਂ। ਪਰ ਇਸ ਵਕਤ ਸਾਡੇ ਨਾਲ ਬਾਬਾ ਗੁਰਦੇਵ ਜੀ ਖੜ੍ਹੇ ਨੇ ਕਾਰ ਸੇਵਾ ਵਾਲੇ, ਸੋ ਇਹਨਾਂ ਤੋਂ ਲੈਂਦੇ ਆਪਾਂ ਜਾਣਕਾਰੀ। ਬਾਬਾ ਜੀ, ਇਹ ਪੁਲ ਕਿਹਨਾਂ ਵੱਲੋਂ ਬਣਾਇਆ ਗਿਆ ਸੀ? ਇਹ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲਿਆਂ ਕਮੇਟੀ ਬਣਾਇਆ ਗਿਆ ਪੁਲ। ਹਾਂਜੀ, ਅਤੇ ਇਹਦੇ ਨਾਲ ਦੇ ਪੁਲ ਹੋਰ ਵੀ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਨੇ 3-4 ਬਣਾਏ ਹੋਏ ਨੇ, ਐਡੇ ਐਡੇ ਪੁਲ, ਵੱਡੇ ਪੁਲ, ਵੱਡੇ। ਬਾਬਾ ਜੀ, ਇਸ ਪੁਲ ਦੀ ਲਾਗਤ ਕਿੰਨੀ ਆਈ ਆ ਔਰ ਕਿਹੜੇ ਸਮੇਂ ਦੇ ਵਿੱਚ ਬਣਿਆ ਇਹ? 4 ਕਰੋੜ 4.5-5 ਕਰੋੜ ਦੇ ਆਸ ਪਾਸ ਲੱਗੀ ਹੋਣੀ ਹੈ ਮੇਰਾ ਖਿਆਲ। ਇਹ ਪੁਲ ਕੰਪਲੀਟ ਹੋਏ ਨੂੰ 4-5 ਸਾਲ ਹੋ ਗਏ ਨੂੰ, ਪੱਥਰ 'ਤੇ ਡੇਟ ਲਿਖੀ ਹੈ ਵੈਸੇ ਪ੍ਰੋਪਰ ਮੈਨੂੰ ਚੇਤਾ ਨਹੀਂ ਜੀ, ਅਤੇ 4 ਸਾਲਾਂ 'ਚ ਪੁਲ ਕੰਪਲੀਟ ਹੋ ਗਿਆ ਸੀ। ਜੋ ਕਾਰ ਸੇਵਾ ਦੇ ਜ਼ਰੀਏ ਸਾਧੂ ਪੁਲ ਬਣਾਉਂਦੇ ਨੇ ਉਹ ਤਾਂ ਲਿਖਤਾਂ ਕਰਦੇ ਨੇ ਦੋਨਾਂ ਪਾਸਿਆਂ ਦੀਆਂ ਸੰਗਤਾਂ ਨਾਲ, ਅਤੇ ਉਹ ਫਿਰ 25-25 ਬੰਦੇ ਦੋਨਾਂ ਪਾਸਿਓਂ ਲੈ ਕੇ ਡੇਲੀ 50 ਬੰਦਿਆਂ ਨੂੰ ਆਪ ਰੱਖਦੇ ਨੇ ਇੱਥੇ, ਅਤੇ ਕਮਿਟਮੈਂਟ ਹੁੰਦੀ ਵੀ 1 ਸਾਲਾਂ 'ਚ ਪੁਲ ਸੰਗਤ ਤਿਆਰ ਕਰਕੇ ਦੇਵੇਗੀ, ਅਤੇ ਕਿੱਲਾ ਪ੍ਰਤੀ ਅਗਰਾਈ ਬੰਨ ਲੈਂਦੇ ਨੇ। ਪਰ ਫਿਰ ਵੀ ਵਿਰਲੇ ਧਰਮੀ ਹੀ ਖੜ੍ਹਦੇ ਨੇ, ਬਹੁਤ ਸਾਰੇ ਲੋਕ ਬਾਬਿਆਂ ਨੂੰ ਫਸਾ ਕੇ ਮੋਢਿਆਂ ਦੇ ਭਾਰ ਰੱਖ ਕੇ ਕਹਿੰਦੇ ਨੇ ਹੁਣ ਤਾਂ ਬਣਾ ਕੇ ਹੀ ਜਾਣਗੇ ਨਾ। ਉਹ ਉਦੋਂ ਤੱਕ ਮੈਨੂੰ ਲੱਗਦਾ ਵੀ ਸਿਆਸੀ ਲਾਹਾ ਲੈਣ ਤੱਕ ਹੀ ਸੀਮਤ ਹੁੰਦੇ ਨੇ, ਪਰ ਇਹ ਜਿਹੜੇ ਕਾਰਜ ਨੇ ਮਹਾਂਪੁਰਸ਼ਾਂ ਵੱਲੋਂ ਹੀ ਜਿਹੜੇ ਆ ਨੇਪਰੇ ਚੜ੍ਹ ਜਾਂਦੇ ਆ। ਬਹੁਤ ਸਾਰੀਆਂ ਸਰਕਾਰਾਂ ਦੇ ਇਹੋ ਜਿਹੇ ਕਾਰਜ ਨੇ ਜਿਹੜੇ ਪਬਲਿਕ ਦੇ ਹਿੱਤਾਂ ਦੇ ਲਈ ਨੇ, ਪਰ ਸਰਕਾਰਾਂ ਉਹਨਾਂ ਨੂੰ ਨਹੀਂ ਕਰ ਪਾਉਂਦੀਆਂ। ਦਲਵੀਰ ਸਿੰਘ ਜੀ, ਆ ਜਿਹੜਾ ਪੁਲ ਬਣਾਇਆ ਕਿਹਨਾਂ ਵੱਲੋਂ ਬਣਾਇਆ ਗਿਆ ਸੀ? ਬਾਬਾ ਜਗਤਾਰ ਸਿੰਘ ਨੇ। ਬਾਬਾ ਜਗਤਾਰ ਸਿੰਘ, ਪਿੰਡ ਵਾਲਿਆਂ ਨੇ ਜਾਂ ਸਰਕਾਰਾਂ ਵੱਲੋਂ ਕੋਈ ਮਦਦ ਮਿਲੀ ਆ ਇੱਥੇ? ਨਹੀਂ ਨਹੀਂ, ਪਿੰਡ ਵਾਲਿਆਂ ਦੀ ਮਦਦ, ਪਿੰਡ ਵਾਲਿਆਂ ਦੀ ਮਦਦ ਦੇ ਨਾਲ ਬਣਿਆ। ਸਰਕਾਰ ਨੇ ਕੋਈ ਮਦਦ ਦਿੱਤੀ? ਨਹੀਂ, ਸਰਕਾਰ ਨੇ ਤਾਂ ਥੋੜ੍ਹਾ ਜਿਹਾ ਲਾਗਾਂਗਾ ਬਣਾਇਆ, ਬਾਕੀ ਕੁਛ ਨਹੀਂ ਕਰਿਆ। ਬਾਕੀ ਕੁਛ ਨਹੀਂ ਕਰਿਆ ਅਤੇ ਬਾਕੀ ਸਾਰਾ ਬਾਬਾ ਜੀ ਨੇ ਬਣਾਇਆ? ਬਾਬੇ ਜਗਤਾਰ। ਇਹ ਕਿੰਨਾ ਸਮੇਂ ਤੋਂ ਇਹ ਐਵੇਂ ਹੀ ਪਿਆ ਰਿਹਾ? ਮਤਲਬ ਹੁਣ 4.5 ਸਾਲ ਹੋ ਗਏ, ਪਹਿਲਾਂ ਵੀ ਛੋਟਾ ਮੋਟਾ ਕੋਈ ਲਾਂਘਾ ਤਾਂ ਹੋਏਗਾ? ਤੋਂ ਜੀ ਲਾਂਘਾ ਤਾਂ ਬਸ ਵਿੱਚ ਨੂੰ ਲਖਾਂਦੇ, ਇਹ ਛੇਤੀ ਤਿਆਰ ਲੱਗਦਾ ਹੋਰ, ਇਹਨੂੰ ਵਿੱਚ ਨੂੰ ਠੇਕੇਦਾਰ ਰੋਕਣ ਲੱਗੇ ਵੀ ਤੁਸੀਂ ਛੇਤੀ ਸਮੇਂ ਤਿਆਰ ਨਾ ਕਰੋ, ਇਸ ਕਰਕੇ ਥੋੜ੍ਹਾ ਲੇਟ ਤਿਆਰ ਕਰਿਆ। ਲੇਟ ਤਿਆਰ ਇਹਨਾਂ ਵੱਲੋਂ ਬਣਾਇਆ ਗਿਆ? ਇਹ ਬਾਬਾ ਜਗਤਾਰ ਸਿੰਘ ਨੇ ਬਣਾਇਆ ਜੀ। ਅੱਛਾ, ਅਤੇ ਪਹਿਲਾਂ ਬਹੁਤ ਬੁਰਾ ਹਾਲ ਤਾ ਜੀ, ਡੁੱਬ ਡੁੱਬ ਕੇ ਨਿਕਲਦੇ ਸੀ ਜੀ, ਅਤੇ ਜਦੋਂ ਪੁਲ ਲੱਗਿਆ ਜੀ ਬਹੁਤ ਸਹੂਲਤ ਆ ਗਈ, ਬਹੁਤ ਹਾਂ ਬਹੁਤ ਧੰਨਵਾਦ ਆ ਜੀ। ਇਹ ਇੱਥੋਂ ਕਿੱਧਰ ਨੂੰ ਜਾ ਰਿਹਾ ਹੈ? ਇਹ ਅੰਬਾਲੇ ਨੂੰ ਜਾ ਰਿਹਾ ਜੀ, ਲਾਲੂ ਮੰਡੀ ਡੇਰਾ ਬਸੇ ਰਿਹਾ। ਡੇਰਾ ਬਸੇ ਨੂੰ ਜਾ ਰਿਹਾ। ਕੈਮਰਾਮੈਨ ਗੁਰਚਰਨ ਟਿੱਬਾ ਦੇ ਨਾਲ ਅਵਤਾਰ, ਆਨੰਦਪੁਰੀ ਦੀ ਰਿਪੋਰਟ।